ਸਰਕਾਰੀ ਮੀਟਿੰਗ ਸੀਗੀ ਉਹਦੇ ਵਿੱਚ ਉਹਨਾਂ ਦੇ ਬੇਟੇ ਨਜ਼ਰ ਆਏ ਨੇ ਸਰ ਸਰਕਾਰੀ ਮੀਟਿੰਗ ਚ ਉਹਨਾਂ ਦੇ ਬੇਟੇ ਨਜ਼ਰ ਆਣਾ ਸੋ ਵਿਰੋਧੀ ਸਵਾਲ ਚੁੱਕ ਰਹੇ ਨੇ ਉਹ ਚਲੋ ਕਈ ਵਾਰੀ ਲੰਘਦਾ ਵੜਦਾ ਬੰਦਾ ਫੋਟੋ ਖਿੱਚ ਹੋ ਜਾਂਦੀ ਆ ਇਦਾਂ ਦੀ ਕੋਈ ਗੱਲ ਯਾਰ ਕੋਈ ਹੈ ਨਹੀਂ ਆਫੀਸ਼ੀਅਲ ਲੈਵਲ ਤੇ ਤਾਂ ਕੋਈ ਇਦਾਂ ਦੀ ਡਿਸਕਸ਼ਨ ਨਹੀਂ ਅਮਰਿੰਦਰ ਸਿੰਘ ਜੀ ਵੀ ਪਾਰਟੀ ਬਣਾ ਕੇ ਦੇਖ ਲੈਣਾ ਮੈਂ ਤਾਂ ਪਹਿਲਾਂ ਹੀ ਕਹਿਣ ਡਿਆ ਸੀਗਾ ਵੀ ਉਹ ਬੀਜੇਪੀ ਨਾਲ ਜ਼ਿਆਦਾ ਅਲਾਈਨਡ ਆ ਅਕਾਲੀ ਦਲ ਨਾਲ ਜ਼ਿਆਦਾ ਅਲਾਈਨਡ ਆ ਬਾਕੀ ਮੇਰੇ ਸਾਥੀ ਘੱਟ ਮੰਨਦੇ ਸੀ ਯਾਰ ਜਦੋਂ ਸਪੋਰਟ ਤਾਂ ਅਲਟੀਮੇਟਲੀ ਹੋਊਗੀ ਹੋਈ ਕਿਉਂਕਿ ਜਦੋਂ ਅਮਿਤ ਸ਼ਾਹ ਨੂੰ ਮਿਲ ਕੇ ਤੇ ਇਹ ਚਿੱਠੀ ਕਢਵਾ ਦੇਣੀ ਤਾਂ ਫਿਰ ਤਾਂ ਆਪਾਂ ਨੂੰ ਸਾਰਿਆਂ ਨੂੰ ਗੱਲ ਤਾਂ ਸਮਝ ਆਉਂਦੀ ਆ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਬੇਟੇ ਨੂੰ ਇੱਕ ਸਰਕਾਰੀ ਬੈਠਕ 'ਚ ਲਿਜਾਣ ਨੂੰ ਲੈ ਕੇ ਵਿਵਾਦਾਂ 'ਚ ਆ ਕੇ ਜਿੱਥੇ ਕੈਬਨਿਟ ਮੰਤਰੀ ਪ੍ਰਗਟ ਸਿੰਘ ਵੱਲੋਂ ਇਹਨਾਂ ਦੇ ਸਵਾਲਾਂ 'ਤੇ ਸਪਸ਼ਟੀਕਰਨ ਦਿੱਤਾ ਗਿਆ ਦਰਅਸਲ ਵੀਰਵਾਰ ਨੂੰ ਇੱਕ ਅਧਿਕਾਰਤ ਮੀਟਿੰਗ ਵਿੱਚ ਚੰਨੀ ਆਪਣੇ ਬੇਟੇ ਰਿਦਮਜੀਤ ਸਿੰਘ ਨੂੰ ਆਪਣੇ ਨਾਲ ਲੈ ਕੇ ਪਹੁੰਚ ਗਏ ਇਸ ਮੀਟਿੰਗ ਵਿੱਚ ਸੂਬੇ ਦੇ ਸਾਰੇ ਮੰਤਰੀ ਅਤੇ ਪੁਲਿਸ ਦੇ ਉੱਚ ਅਧਿਕਾਰੀ ਵੀ ਮੌਜੂਦ ਸਨ ਹੁਣ ਇਸ ਮੁਲਾਕਾਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਜਿੱਥੇ ਉਹਨਾਂ ਦਾ ਬੇਟਾ ਵੀ ਨਜ਼ਰ ਆ ਰਿਹਾ ਇਸ ਮੌਕੇ ਪ੍ਰਗਟ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਵੀ ਤਿੱਖੇ ਨਿਸ਼ਾਨੇ ਸਾਧੇ ਨੇ ਚਲੋ ਕਈ ਵਾਰੀ ਲੰਘਦਾ ਵੜਦਾ ਬੰਦਾ ਫੋਟੋ ਖਿੱਚ ਹੋ ਜਾਂਦੀ ਆ ਇਦਾਂ ਦੀ ਕੋਈ ਗੱਲ ਯਾਰ ਕੋਈ ਹੈ ਨੀ ਆਫੀਸ਼ੀਅਲ ਲੈਵਲ ਤੇ ਤਾਂ ਕੋਈ ਇਦਾਂ ਦੀ ਡਿਸਕਸ਼ਨ ਨਹੀਂ ਹੈ ਪਰ ਬੈਠੇ ਨਜ਼ਰ ਆਏ ਨੇ ਸਰ ਉਹਦੇ ਵਿੱਚ ਜਿਹੜੀ ਟਵੀਟ ਜਿਹੜਾ ਸਰ ਜਿਹੜਾ ਨਵਜੋਤ ਸਿੰਘ ਸਿੱਧੂ ਦਾ ਟਵੀਟ ਆਇਆ ਕੋਈ ਚਰਚਾ ਜਿਹੜੀ ਹੈ ਫਿਰ ਜਿਹੜੀ ਚਰਚਾ ਫਿਰ ਕਿਉਂਕਿ ਉਹਨਾਂ ਦਾ ਇਹ ਕੋਈ ਇਹੋ ਜੀ ਗੱਲ ਨਹੀਂ ਹੈ ਇਹ ਸਾਰਾ ਕੁਝ ਸੈਟਲ ਹੋ ਗਿਆ ਇੱਕ ਹਾਈ ਪਾਵਰਡ ਕਮੇਟੀ ਬਣ ਗਈ ਆ ਜਿਹਦੇ ਵਿੱਚ ਚੀਫ ਮਿਨਿਸਟਰ ਮੈਂਬਰ ਹੈਗੇ ਆ ਨਵਜੋਤ ਸਿੰਘ ਸਿੱਧੂ ਪ੍ਰਧਾਨ ਐਜ਼ ਉਹ ਮੈਂਬਰ ਹੈਗੇ ਆ ਅਤੇ ਜਿਹੜੇ ਪੰਜਾਬ ਦੇ ਜਨਰਲ ਸੈਕਟਰੀ ਇੰਚਾਰਜ ਹੋਣਗੇ ਉਹ ਉਹਦੇ ਚੇਅਰਮੈਨ ਹੋਣਗੇ ਬੈਠ ਕੇ ਸਾਰੀਆਂ ਗੱਲਾਂ ਜਿਹੜੀਆਂ ਸੋਲਵ ਕਰ ਲਈਆਂ ਜਾਣਗੀਆਂ ਅਮਰਿੰਦਰ ਸਿੰਘ ਜਿਹੜੀ ਆਪਣੀ ਪਾਰਟੀ ਬਣਾ ਰਹੇ ਨੇ ਉਹਨਾਂ ਫਰਕ ਨਹੀਂ ਪਏਗਾ ਪੰਜਾਬ ਸਰਕਾਰ ਦੇ ਅਮਰਿੰਦਰ ਸਿੰਘ ਜੀ ਵੀ ਪਾਰਟੀ ਬਣਾ ਕੇ ਦੇਖ ਲੈਣ ਮੈਂ ਤਾਂ ਪਹਿਲਾਂ ਹੀ ਕਹਿਣ ਡਿਆ ਸੀਗਾ ਵੀ ਉਹ ਬੀਜੇਪੀ ਨਾਲ ਜ਼ਿਆਦਾ ਅਲਾਈਨਡ ਆ ਅਕਾਲੀ ਦਲ ਨਾਲ ਜ਼ਿਆਦਾ ਅਲਾਈਨਡ ਆ ਬਾਕੀ ਮੇਰੇ ਸਾਥੀ ਘੱਟ ਮੰਨਦੇ ਸੀਗੇ ਯਾਰ ਜਦੋਂ ਸਪੋਰਟ ਤਾਂ ਅਲਟੀਮੇਟਲੀ ਹੋਊਗੀ ਹੋਈ ਕਿਉਂਕਿ ਜਦੋਂ ਅਮਿਤ ਸ਼ਾਹ ਨੂੰ ਮਿਲ ਕੇ ਤੇ ਇਹ ਚਿੱਠੀ ਕਢਵਾ ਦੇਣੀ ਤਾਂ ਫਿਰ ਤਾਂ ਆਪਾਂ ਨੂੰ ਸਾਰਿਆਂ ਨੂੰ ਗੱਲ ਤਾਂ ਸਮਝ ਆਉਂਦੀ ਆ ਨਾ ਹੋ ਸਕਦਾ ਪਹਿਲਾਂ ਅਲਾਈਂਸ ਕਰਕੇ ਹੀ ਆਉਣ ਕਿਉਂਕਿ ਇਹ ਸ਼ੁਰੂ ਤੋਂ ਹੀ ਨਾ ਇਦਾਂ ਦੀ ਅਲਾਈਂਸ ਰੱਖਦੇ ਹੀ ਆ ਅਖੀਰ ਦੇ ਵਿੱਚ ਜਿਸ ਤਰ੍ਹਾਂ ਕਿ